ਨੱਬੇ ਫੀਸਦੀ ਉਹ ਨੇ ਜਿਹੜੇ ਰਹਿਤੋ ਭਗੌੜੇ ਬੰਦੇ ਆ ਜਿਨ੍ਹਾਂ ਨੂੰ ਸਿੱਖੀ ਬਾਰੇ ਪਤਾ ਹੀ ਕੱਖ ਨਹੀਂ। ਦਸਾਂ ਗੁਰੂਆਂ ਦੇ ਨਾਂ ਨਹੀਂ ਉਹਨਾਂ ਨੂੰ ਲਗਾਤਾਰ ਆਉਂਦੇ ਵੀ ਦਸ ਗੁਰੂਆਂ ਦੇ ਨਾਂ ਕੀ ਆ ਜਿਨ੍ਹਾਂ ਨੂੰ ਅਸੀਂ ਗੁਰਦੁਆਰੇ ਸੰਭਾਏ ਹੋਏ ਆ। ਉਹਨਾਂ ਨੂੰ ਜੇ ਦਸ ਬੰਦੇ ਮੈਂਬਰ ਦੀ ਕਮੇਟੀ ਦੇ ਵਿੱਚ ਉਹਨਾਂ ਤੋਂ ਪੰਜ ਪਿਆਰਿਆਂ ਦੇ ਨਾਂ ਸੁਣ ਲਓ, ਪੰਜ ਪਿਆਰਿਆਂ ਦੇ ਨਾਂ ਨਹੀਂ ਪਤਾ ਉਹਨਾਂ ਨੂੰ, ਇਹ ਨਹੀਂ ਪਤਾ ਹੁੰਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਗ ਕਿੰਨੇ ਨੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਕਿੰਨੇ ਰਾਗਾਂ 'ਚ, ਜਾਂ ਨਿਤਨੇਮ ਦੀਆਂ ਬਾਣੀਆਂ ਦੇ ਨਾਂ ਕਿਹੜੇ ਕਿਹੜੇ ਨੇ, ਠੀਕ ਹੈ ਨਾ ਜੀ, ਨਹੀਂ ਪਤਾ ਉਹਨਾਂ ਨੂੰ। ਪਰ ਉਹ ਪ੍ਰਧਾਨਗੀ ਐਂ ਕਰਨਗੇ ਜਿਵੇਂ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਲੱਗੇ ਹੋਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਪਿਆਰੇ, ਬਹੁਤ ਸਾਰੇ ਲੋਕਾਂ ਦੇ ਜ਼ਹਿਨ ਦੇ ਵਿੱਚ, ਸੰਗਤ ਦੇ ਜ਼ਹਿਨ ਦੇ ਵਿੱਚ ਇਹ ਸਵਾਲ ਆਉਂਦੇ ਨੇ ਕਿ SGPC ਆਪਣੇ ਬਣਦੇ ਫਰਜ਼ ਨਿਭਾ ਰਹੀ ਹੈ, ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਆਪਣੇ ਬਣਦੇ ਫਰਜ਼ ਨਿਭਾ ਰਹੇ ਨੇ। ਕਿਉਂਕਿ ਅਕਸਰ ਵੇਖਿਆ ਜਾਂਦਾ ਹੈ ਕਿ ਜਦੋਂ ਵੀ ਕੌਮ 'ਤੇ ਕੋਈ ਵਿਪਤਾ ਪੈਂਦੀ ਹੈ ਤਾਂ ਜੋ ਫਰਜ਼ SGPC ਨੂੰ ਜਾਂ ਜੋ ਹੁਕਮਨਾਮੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਜਾਰੀ ਕਰਨੇ ਚਾਹੀਦੇ ਨੇ, ਉਹਨਾਂ ਵਿੱਚ ਜਾਂ ਤਾਂ ਦੇਰ ਹੁੰਦੀ ਹੈ ਅਤੇ ਜਾਂ ਕੁਝ ਬੋਲਿਆ ਹੀ ਨਹੀਂ ਜਾਂਦਾ ਕੌਮ ਦੇ ਅਹਿਮ ਮਸਲਿਆਂ ਦੇ ਉੱਤੇ। ਜਿੱਦਾਂ ਬੀਤੇ ਕਈ ਮਹੀਨਿਆਂ ਤੋਂ ਲਗਾਤਾਰ ਲੋਕਡਾਊਨ ਕਾਰਨ ਆਮ ਲੋਕਾਂ ਦੀ ਕਮਰ ਆਰਥਿਕ ਪੱਖੋਂ ਟੁੱਟੀ ਹੋਈ ਹੈ, ਉੱਦਾਂ ਹੀ ਵੱਧ ਤੋਂ ਪੱਤਰ ਹਾਲਾਤਾਂ ਦੇ ਵਿੱਚ ਕਈ ਪਿੰਡਾਂ ਦੇ ਗ੍ਰੰਥੀ ਸਿੰਘ ਨੇ, ਗੁਰੂ ਕੇ ਵਜ਼ੀਰ ਨੇ, ਕੀਰਤਨੀਏ ਨੇ, ਜਿਨ੍ਹਾਂ ਦਾ ਕਮਾਈ ਦਾ ਜ਼ਰੀਆ ਸਿਰਫ ਸਮਾਗਮ ਹੀ ਸਨ ਜਾਂ ਪਾਠਾਂ ਦੀਆਂ ਰੋਲਾਂ ਲਗਾਉਣਾ ਸਨ ਜਾਂ ਗੁਰੂ ਹਜ਼ੂਰੀ ਵਿੱਚ ਪਾਠ ਕਰਕੇ ਆਪਣਾ ਘਰ ਚਲਾਉਣਾ ਸੀ। ਪਰ ਇਹ ਸਭ ਕੁਝ ਬੰਦ ਹੋ ਗਿਆ ਅਤੇ ਇਹਨਾਂ ਗ੍ਰੰਥੀ ਸਿੰਘਾਂ ਦੀ ਸਾਰ ਕਿਸੇ ਨਾਲ ਦਿੱਤੀ। ਬਹੁਤ ਸਾਰੀਆਂ ਜਥੇਬੰਦੀਆਂ ਅਜਿਹੀਆਂ ਨੇ ਜਿਨ੍ਹਾਂ ਨੇ ਅਲੱਗ ਅਲੱਗ ਇਲਾਕਿਆਂ ਦੇ ਵਿੱਚ ਰਸਦ ਪਹੁੰਚ ਦੀ ਕੀਤੀ ਗ੍ਰੰਥੀ ਸਿੰਘਾਂ ਨੂੰ, ਅਤੇ ਕਪੂਰਥਲਾ ਵਿੱਚ ਤਾਂ ਬ੍ਰਿਟਿਸ਼ ਸਿੱਖ ਸਕੂਲ ਦੇ ਵੱਲੋਂ ਗ੍ਰੰਥੀ ਸਿੰਘਾਂ ਨੂੰ 2,500 ਰੁਪਏ ਦੀ ਨਕਦ ਰਾਸ਼ੀ ਵੀ ਰਾਸ਼ਨ ਦੇ ਨਾਲ ਮੁਹੱਈਆ ਕਰਵਾਈ ਗਈ ਸੀ। ਪਰ ਫਿਰ ਵੀ ਬਹੁਤ ਸਾਰੇ ਪਿੰਡ, ਬਹੁਤ ਸਾਰੇ ਇਲਾਕੇ ਅਜਿਹੇ ਨੇ ਜਿੱਥੇ ਅਜੇ ਵੀ ਗ੍ਰੰਥੀ ਸਿੰਘ ਬਹੁਤ ਹੀ ਮਾੜੇ ਹਾਲਾਤਾਂ ਵਿੱਚ ਰਹਿ ਰਹੇ ਨੇ, ਜਿਨ੍ਹਾਂ ਦੇ ਉੱਤੇ ਚਰਚਾ ਕਰ ਰਹੇ ਨੇ ਭਾਈ ਅੰਮ੍ਰਿਤਪਾਲ ਸਿੰਘ ਜੋਧਪੁਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫੇਸਬੁੱਕ 'ਤੇ ਜੁੜੇ ਸਾਰੇ ਵੀਰਾਂ ਨੂੰ ਫਤਿਹ ਆ ਪ੍ਰਵਾਨ ਕਰਿਓ। ਇੱਕ ਦੋ ਵੀਰ ਜੁੜ ਜਾਣ ਅਤੇ ਮੈਂ ਦੋ ਚਾਰ ਗੱਲਾਂ ਨੇ ਆਪ ਵੀਰਾਂ ਨਾਲ ਸਾਂਝੀਆਂ ਕਰਨੀਆਂ ਨੇ। ਕੱਲ੍ਹ ਵੀ ਆਪਾਂ ਲਾਈਵ ਹੋਇਆ ਸੀਗਾ ਮੈਂ, ਅਤੇ ਸਵੇਰੇ ਵੀ ਇੱਕ ਪੋਸਟ ਪਾਈ ਸੀਗੀ, ਅਤੇ ਉਸੇ ਬਾਬਤ ਮੈਂ ਫਿਰ ਲਾਈਵ ਹੋਇਆ, ਅਤੇ ਜਿਹਦੇ ਬਾਰੇ ਆਪਾਂ ਜ਼ਰੂਰੀ ਗੱਲਾਂ ਕਰਨੀਆਂ ਨੇ, ਜਿਨ੍ਹਾਂ ਦੇ ਵੱਲ ਸਾਨੂੰ ਗੌਰ ਕਰਨ ਦੀ ਲੋੜ ਆ, ਧਿਆਨ ਦੇਣ ਦੀ ਲੋੜ ਆ। ਜਿਵੇਂ ਕਿ ਅੱਜ ਆਮ ਪਿੰਡਾਂ ਦੇ ਵਿੱਚ, ਗੁਰਦੁਆਰਿਆਂ ਦੇ ਵਿੱਚ ਡਿਊਟੀਆਂ ਕਰਦੇ ਜਿਹੜੇ ਗ੍ਰੰਥੀ ਨੇ, ਜਾਂ ਕੋਈ ਆਮ ਸੇਵਾਦਾਰ ਆ, ਭਾਵੇਂ ਕੋਈ ਦੇਗ ਵੰਡਣ ਵਾਲਾ, ਭਾਵੇਂ ਕੋਈ ਡਾਲੀ ਲਿਆਉਣ ਵਾਲਾ, ਉਹਨਾਂ ਦੇ ਆਪਾਂ ਹੱਕ ਦੇ ਵਿੱਚ ਜਿਹੜੀ ਆ ਵੀਡੀਓ ਪਾ ਰਹੇ ਹਾਂ, ਹੈ ਨਾ, ਵੀ ਉਹਨਾਂ ਦੇ ਨਾਲ ਕਿਸ ਤਰ੍ਹਾਂ। ਮੈਂ ਕੱਲ੍ਹ ਵੀ ਲਾਈਵ ਦੇ ਵਿੱਚ ਵਿਚਾਰ ਕੀਤੀ ਸੀਗੀ, ਜਿਹੜੇ ਵੀਰਾਂ ਨੇ ਸੁਣਿਆ ਉਹਨਾਂ ਨੂੰ ਪਤਾ, ਹੈ ਨਾ, ਕੁਛ ਵੀਰ ਇਹੋ ਜਿਹੇ ਨੇ ਜਿਹੜੇ ਹਰ ਵੇਲੇ ਸ਼੍ਰੋਮਣੀ ਕਮੇਟੀ ਨੂੰ ਕੋਸਦੇ ਰਹਿੰਦੇ ਆ, ਸ਼੍ਰੋਮਣੀ ਕਮੇਟੀ ਨੇ ਆਹ ਨਹੀਂ ਕੀਤਾ, ਸ਼੍ਰੋਮਣੀ ਕਮੇਟੀ ਨੇ ਉਹ ਨਹੀਂ ਕੀਤਾ, ਸ਼੍ਰੋਮਣੀ ਕਮੇਟੀ ਆਹ ਨਹੀਂ ਕਰਦੀ, ਸ਼੍ਰੋਮਣੀ ਕਮੇਟੀ ਉਹ ਨਹੀਂ ਕਰਦੀ, ਹੈ ਨਾ। ਚਲੋ ਆਪਾਂ ਮੰਨ ਲੈਂਦੇ ਹਾਂ ਕਿ ਸ਼੍ਰੋਮਣੀ ਕਮੇਟੀ ਕਿਤੇ ਨਾ ਜਾ ਕੇ, ਕਿਤੇ ਨਾ ਕਿਤੇ ਜਾ ਕੇ ਉਹਦੇ ਵਿੱਚ, ਕਿਉਂਕਿ ਸ਼੍ਰੋਮਣੀ ਕਮੇਟੀ ਦਾ ਅਦਾਰਾ ਜਿਹੜਾ ਸੰਸਥਾ ਬਹੁਤ ਵੱਡੀ ਆ, ਕਿਸੇ ਇੱਕ ਬੰਦੇ ਦੀ ਸੰਸਥਾ ਨਹੀਂ ਹੈਗੀ, ਇਹ ਪੂਰੇ ਪੰਥ ਦੀ ਸੰਸਥਾ ਹੈਗੀ। ਅਤੇ ਆਪਾਂ ਹਰ ਵੇਲੇ ਇਹੀ ਗੱਲ ਕਹਿੰਦੇ ਰਹਿੰਦੇ ਹਾਂ ਕਿ ਸ਼੍ਰੋਮਣੀ ਕਮੇਟੀ ਮਾੜੀ ਆ, ਸ਼੍ਰੋਮਣੀ ਕਮੇਟੀ ਮਾੜੀ ਆ। ਚਲੋ ਮੰਨ ਲੈਂਦੇ ਹਾਂ ਕਿ ਆਪਾਂ ਸ਼੍ਰੋਮਣੀ ਕਮੇਟੀ ਸੰਸਥਾ ਵੱਡੀ ਆ, ਔਰ ਵੱਡੀ ਸੰਸਥਾ ਦੇ ਵਿੱਚ ਇੱਕ ਨਹੀਂ ਅਨੇਕਾਂ ਬੰਦੇ ਕੰਮ ਕਰਦੇ ਆ। ਕਿਸੇ ਬੰਦੇ ਦਾ ਸੁਭਾਅ ਕਿਵੇਂ ਆ, ਕਿਸੇ ਦਾ ਬੰਦੇ ਦਾ ਸੁਭਾਅ ਕਿਵੇਂ ਆ, ਇੱਕ ਬੰਦੇ ਦੀ ਗਲਤੀ ਨਾਲ ਪੂਰੀ ਸੰਸਥਾ ਜਿਹੜੀ ਆ ਉਹ ਕਈ ਵਾਰੀ ਸਵਾਲੀਏ ਘੇਰੇ 'ਚ ਆ ਜਾਂਦੀ ਆ ਵੀ ਇਹ ਸ਼੍ਰੋਮਣੀ ਕਮੇਟੀ ਸ਼ਾਇਦ ਇਹ ਕੁਛ ਨਹੀਂ ਕਰਦੀ, ਹੈ ਨਾ। ਆਮ ਤੌਰ 'ਤੇ ਅਸੀਂ ਕਮਰਾ ਲੈਣ ਜਾਂਦੇ ਹਾਂ ਅਤੇ ਸਾਨੂੰ ਕਮਰਾ ਨਹੀਂ ਮਿਲਦਾ, ਅਤੇ ਉੱਥੇ ਬੈਠਾ ਜਿਹੜਾ ਕਾਊਂਟਰ 'ਤੇ ਮੁਲਾਜ਼ਮ ਆ, ਹੈ ਨਾ, ਉਹਨੂੰ ਕਿਸ ਤਰ੍ਹਾਂ ਕਿਵੇਂ ਆ, ਉਹ ਕੀ ਗੱਲਬਾਤ ਆ ਉਹਨੂੰ ਪਤਾ, ਜਾਂ ਅੱਗੇ ਤੋਂ ਕਿਵੇਂ ਉਹਨਾਂ ਦੇ ਰੂਲ ਆ, ਹੈ ਨਾ, ਉਹ ਗੱਲ ਵੱਖਰੀ ਆ। ਪਰ ਆਮ ਤੌਰ 'ਤੇ ਮੈਂ ਇੱਕ ਜਿਹੜੀ ਜ਼ਰੂਰੀ ਬੇਨਤੀ ਕਰਨੀ ਚਾਹੁੰਦਾ, ਪਿੰਡਾਂ ਦੇ ਵਿੱਚ ਜਿਹੜੇ ਗ੍ਰੰਥੀ ਸਿੰਘ ਨੇ, ਬੱਚਿਆਂ ਸਮੇਤ, ਪਰਿਵਾਰਾਂ ਸਮੇਤ, ਜਿਹੜੇ ਗੁਰਦੁਆਰਿਆਂ ਦੇ ਵਿੱਚ ਵਿਚਾਰੇ ਡਿਊਟੀਆਂ ਕਰਦੇ ਆ, ਹੈ ਨਾ, ਉਹਨਾਂ ਦੇ ਬਾਰੇ ਮੈਂ ਗੱਲ ਕਰਨੀ ਚਾਹੁੰਦਾ ਕਿ ਜਦੋਂ ਗੁਰਦੁਆਰਿਆਂ ਦੇ ਵਿੱਚ ਗ੍ਰੰਥੀ ਡਿਊਟੀ ਕਰ ਲੈਂਦਾ, ਸਾਲ ਆ, ਦੋ ਸਾਲ ਆ ਲੱਗ ਜਾਂਦੇ ਆ, ਕਈ ਵਾਰੀ ਕਮੇਟੀ ਦੇ ਵਿੱਚ ਦਸ ਬੰਦੇ ਆ, ਦਸਾਂ ਦੇ ਵਿੱਚੋਂ ਇੱਕ ਅੱਧਾ ਬੰਦਾ ਇਹੋ ਜਿਹਾ ਹੁੰਦੇ ਆ, ਦੋ ਚਾਰ ਵੀ, ਜਿਨ੍ਹਾਂ ਨੂੰ, ਕਿਉਂਕਿ ਆਪਾਂ ਸਾਰੇ ਬੰਦਿਆਂ ਦੀਆਂ ਡਿਮਾਂਡਾਂ ਪੂਰੀਆਂ ਨਹੀਂ ਕਰ ਸਕਦੇ, ਸਾਰਿਆਂ ਬੰਦਿਆਂ ਦੇ ਮੁਤਾਬਕ ਆਪਾਂ ਚੱਲ ਨਹੀਂ ਸਕਦੇ, ਹੈ ਨਾ, ਵੀ ਜੇ ਆਪਾਂ ਸਾਰਿਆਂ ਦੀਆਂ ਭਾਵ ਕੀ ਸਾਰਿਆਂ ਦੀਆਂ ਭਾਵਨਾਵਾਂ ਅਸੀਂ ਪੂਰੀਆਂ ਨਹੀਂ ਕਰ ਸਕਦੇ, ਹੈ ਨਾ। ਜੇ ਕਮੇਟੀ ਦੇ ਵਿੱਚ ਦਸ ਬੰਦੇ ਨੇ, ਗਿਆਰਾਂ ਬੰਦੇ ਆ, ਤਾਂ ਗਿਆਰਾਂ ਬੰਦਿਆਂ ਦੇ ਵਿੱਚੋਂ ਦੋ ਚਾਰ ਇਹੋ ਜਿਹੇ ਹੁੰਦੇ ਆ ਜਿਨ੍ਹਾਂ ਨੂੰ ਅਸੀਂ ਨਹੀਂ ਜੱਚਦੇ ਹੁੰਦੇ, ਅਤੇ ਫਿਰ ਉਹ ਕੀ ਕਰਦੇ ਆ, ਉਹ ਦੇਖਦੇ ਰਹਿੰਦੇ ਆ ਵੀ ਇਹ ਕਦੋਂ ਕੋਈ ਗਲਤੀ ਕਰੇ, ਕਦੋਂ ਕੋਈ ਇਹ ਮਾੜਾ ਗੱਲ ਕਰੇ, ਜਾਂ ਪਿੰਡ ਦੇ ਵਿੱਚ ਕੋਈ ਇਹੋ ਜਿਹੀ ਗੱਲ ਕਰੇ, ਅਤੇ ਫਿਰ ਅਸੀਂ ਰੌਲਾ ਪਾਈਏ,
ਰੌਲਾ ਪਾ ਕੇ ਤੇ ਫਿਰ ਅਸੀਂ ਇਹਨੂੰ ਕਹੀਏ ਵੀ ਤੂੰ ਹੁਣ ਭਾਈ ਕਸ਼ਹਿਰਾ ਚੱਕ ਤੇ ਅਗਲਾ ਆਪਦਾ ਅਗਲੇ ਪਿੰਡ ਜਾ। ਸਾਡੀ ਕੋਈ ਚੁੱਕ ਕੋਈ ਵਿਚਾਰਿਆਂ ਦੀ ਕੋਈ ਇਹਨਾਂ ਦੀ ਜ਼ਿੰਦਗੀ ਨਹੀਂ ਹੈਗੀ। ਇੱਕ ਪਿੰਡ ਦੇ ਵਿੱਚ ਡਿਊਟੀ ਕਰ ਲਈ, ਜਵਾਬ ਉਦੋਂ ਦੇਣਾ ਜਦੋਂ ਬੱਚੇ ਪੜ੍ਹਦੇ ਹੋਣਗੇ ਜਾਂ ਪੇਪਰ ਹੋਣਗੇ। ਆਮ ਤੌਰ 'ਤੇ ਤੁਸੀਂ ਗ੍ਰੰਥੀਆਂ ਨੂੰ ਤੁਸੀਂ ਪੁੱਛ ਸਕਦੇ ਹੋ ਕਿ ਕੀ ਹੁੰਦਾ ਹੁੰਦਾ ਜਦੋਂ ਐਨ ਪੇਪਰ ਮੇਰੇ ਕੋਲ ਕਰੀਬ। ਮੇਰਾ ਤਾਂ ਚਲੋ ਕੰਮ ਆ, ਅਸੀਂ ਆਮ ਤੌਰ 'ਤੇ ਦੇਖਦੇ ਹਾਂ ਪਿੰਡਾਂ ਦੇ ਵਿੱਚ ਕੀ ਹੁੰਦਾ, ਗ੍ਰੰਥੀ ਸਿੰਘ ਰੱਖ ਲੈਂਦੇ ਆ। ਅਤੇ ਆਪਾਂ ਜੀ ਪਹਿਲਾਂ ਗੱਲਾਂ ਕਰਨੀਆਂ ਸੀ, ਆਪਾਂ ਇਹ ਕਰਨਾ ਸੀ, ਜਦੋਂ ਗ੍ਰੰਥੀ ਰਹਿ ਪੈਂਦਾ ਅਤੇ ਵਿਚਾਰਾ ਡਿਊਟੀ ਕਰੀ ਜਾਂਦਾ ਉਹਨੂੰ ਪਤਾ ਵੀ ਨਹੀਂ ਹੁੰਦਾ, ਉਹਦੇ ਫਰਿਸ਼ਤਿਆਂ ਨੂੰ ਵੀ ਨਹੀਂ ਪਤਾ ਹੁੰਦਾ ਵੀ ਇਹ ਘਟਨਾ ਵਾਪਰਨ ਵਾਲੀ ਆ। ਔਰ ਇੱਕ ਦਿਨ ਪਹਿਲਾਂ ਆ ਕੇ ਗੁਰਦੁਆਰੇ ਦੀ ਕਮੇਟੀ ਜਾਂ ਪ੍ਰਧਾਨ ਆ ਕੇ ਕਹਿ ਦਿੰਦਾ ਵੀ ਜੀ ਤੇਰੀ ਛੁੱਟੀ ਆ ਬਾਬਾ, ਤੂੰ ਆਪਦਾ ਗਾਹਾਂ ਇੰਤਜ਼ਾਮ ਕਰ ਲਾ, ਜਿਹੜਾ ਆਪਣਾ ਲੈਣ ਦੇਣ ਆ ਉਹ ਤੂੰ ਹਿਸਾਬ ਕਿਤਾਬ ਕਰ ਲਾ। ਉਹ ਵਿਚਾਰਾ ਜੇ ਕਹਿੰਦੇ ਜੀ ਮੇਰੇ ਤਾਂ ਬੱਚੇ ਪੜ੍ਹਦੇ ਆ, ਮੈਂ ਆ ਬੱਚਿਆਂ ਦੇ ਪੇਪਰਾਂ ਤੋਂ ਬਾਅਦ ਵਗਜੂ, ਨਹੀਂ ਨਹੀਂ ਜੀ ਸਾਡੇ ਫਿਰ ਸੰਗਤ ਇਤਰਾਜ ਕਰਦੀ ਆ ਜੀ, ਸਾਡੇ ਵਿੱਚ ਮੈਂਬਰ ਨੇ ਉਤਰਾਜ ਕਰਦੇ, ਉਹ ਕਹਿੰਦੇ ਛੇਤੀ ਛੁੱਟੀ ਕਰੋ। ਮੇਰੇ ਨਾਲ ਵੀ ਇੱਕ ਹੀ ਦਫਾ ਹੋਇਆ, ਪਰ ਆਪਾਂ ਤਾਂ ਚਲੋ ਕਿਵੇਂ ਨਾ ਕਿਵੇਂ ਕਰਕੇ ਟਾਈਮ ਪੂਰਾ ਕਰਕੇ ਬੱਚਿਆਂ ਦੇ ਪੇਪਰਾਂ ਤੋਂ ਦੁਬਾਰਾ ਤੋਂ ਬਾਅਦ ਹੀ ਆਏ ਹਨ। ਅਤੇ ਬਾਕੀ ਗੱਲ ਵੀ ਆਪਾਂ ਕਦੇ ਕਹਾ ਜਾਣੀ, ਉਹਨਾਂ ਗ੍ਰੰਥੀਆਂ ਨੂੰ ਵਿਚਾਰਿਆਂ ਨੂੰ ਪੁੱਛ ਕੇ ਦੇਖੋ ਉਹਨਾਂ ਦੇ ਹਾਲਾਤ ਕੀ ਆ, ਹੈ ਨਾ। ਅਤੇ ਆਮ ਤੌਰ 'ਤੇ ਮੈਂ ਹੁਣ ਸਾਰਾ ਜਿਹੜਾ ਮੈਂ ਥੋੜ੍ਹਾ ਜਿਹਾ ਡਿਟੇਲ 'ਚ ਦੱਸਣ ਦੀ ਖੇਚਲ ਕਰੂੰਗਾ ਵੀ ਆਮ ਤੌਰ 'ਤੇ ਗ੍ਰੰਥੀ ਨੂੰ ਜੇ 6000 ਰੁਪਈਏ 'ਤੇ ਰੱਖਿਆ ਜਾਂਦਾ ਤਾਂ 24 ਘੰਟਿਆਂ ਦਾ 200 ਰੁਪਈਆ ਪੈ ਗਿਆ, 12 ਘੰਟਿਆਂ ਦਾ 100 ਰੁਪਈਆ, 100 ਰੁਪਈਏ ਦੇ ਵਿੱਚ ਉਹ ਡਿਊਟੀ ਕਰਦਾ, 24 ਘੰਟਿਆਂ ਦਾ 200 ਰੁਪਈਆ, 1 ਮਹੀਨੇ ਦਾ 6000 ਰੁਪਈਆ। ਜੇ ਗ੍ਰੰਥੀ 2-4 ਦਿਨ ਇੱਧਰ ਉੱਧਰ ਚੱਲਿਆ ਵੀ ਜਾਂਦਾ ਤਾਂ ਉਹਦੀ ਉਹ ਦਿਨ ਦੀ ਪੇਮੈਂਟ ਜਿਹੜੀ ਆ, ਸੈਲਰੀ ਜਿਹੜੀ ਆ, ਉਹ ਕੱਟ ਲਿੱਤੀ ਜਾਂਦੀ ਆ। ਠੀਕ ਆ ਜੀ, ਪਿੰਡ ਦੇ ਵਿੱਚ ਕੋਈ ਗੱਲਬਾਤ ਹੋ ਜੇ ਫੜੋ ਗ੍ਰੰਥੀ ਨੂੰ ਕਿੱਥੇ ਆ, ਗੁਰਦੁਆਰੇ 'ਚ ਕੋਈ ਗੱਲਬਾਤ ਹੋ ਜੇ ਦੱਸੇ ਗ੍ਰੰਥੀ ਕਿੱਥੇ ਆ, ਗੁਰਦੁਆਰੇ ਚੋਰੀ ਹੋਵੇ ਦੱਸੋ ਗ੍ਰੰਥੀ ਕਿੱਥੇ ਆ, ਕੋਈ ਭਾਂਡਾ ਘੱਟ ਗਿਆ ਗ੍ਰੰਥੀ ਹਿਸਾਬ ਦੇਵੇ। ਅਤੇ ਜੇ ਕਿਸੇ ਦੇ ਪਾਠ ਨੂੰ ਹੋਰ ਗੱਲਾਂ ਦੇਖੋ, ਜੇ ਮੰਨ ਕੇ ਚੱਲੋ ਪਿੰਡ ਦੇ ਵਿੱਚ 3 ਪਾਠ ਆ ਜਾਂਦੇ ਆ, ਇਹਨਾਂ ਹਰ ਵੇਲੇ ਸ਼੍ਰੋਮਣੀ ਕਮੇਟੀ ਨੂੰ ਕੁਸਣ ਵਾਲੇ ਹੋ। ਮੈਂ ਇੱਕ ਗੱਲ ਕਰਦਾ, ਆਪਣੇ ਵੀ ਪਿੰਡਾਂ 'ਚ ਗੁਰਦੁਆਰੇ ਨੇ, ਆਪਣੇ ਗੁਰਦੁਆਰਿਆਂ ਦੀਆਂ ਅੱਜ ਮੈਂ ਇੱਕ ਸਵੇਰੇ ਪੋਸਟ ਪਾਈ ਸੀ ਕਿ ਰਹਿਤ ਤੋਂ ਭਗੌੜੇ ਜਿਹੜੇ ਨੇ, ਅੱਧੋ ਵੱਧ ਰਹਿਤ ਤੋਂ ਭਗੌੜੇ ਜਿਹੜੇ ਨੇ, ਜਿਨ੍ਹਾਂ ਨੂੰ ਪਤਾ ਹੀ ਨਹੀਂ ਸਿੱਖੀ ਬਾਰੇ ਵੀ ਸਿੱਖੀ ਹੈ ਕੀ ਆ, ਉਹ ਗੱਲਾਂ ਭਾਈ ਹਰਪ੍ਰੀਤ ਸਿੰਘ ਜੀ ਕਹਿੰਦੇ ਰਾਤ ਵੀ ਗੱਲ ਹੋਈ ਸੀ ਬਲਵਿੰਦਰ ਸਿੰਘ ਜੀ, ਸਤਿ ਸ਼੍ਰੀ ਅਕਾਲ ਵੀ ਜੀ। ਪਲੀਜ਼ ਮੇਰੀ ਇੱਕ ਬੇਨਤੀ ਆ ਵੀ ਇਹਨੂੰ ਵੀਡੀਓ ਨੂੰ ਚੱਲਦੀ ਨੂੰ ਸ਼ੇਅਰ ਕਰ ਦਿਓ, ਹੈ ਨਾ, ਤਾਂ ਕਿ ਹੋਰ ਵੀ ਵੀਰ ਜੁੜ ਜਾਣ, ਤਾਂ ਕਿ ਮੈਂ ਗੱਲ ਜਿਹੜੀ ਆਪਣੀ ਆ ਉਹ ਕਹਿ ਸਕਾਂ, ਹੈ ਨਾ। ਬੇਨਤੀ ਆ ਕਿ ਇਹਨੂੰ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਜਿੰਨੇ ਕੁ ਭਰਾ ਕਰ ਸਕਦੇ, ਹੈ ਨਾ, ਇਹਨੂੰ ਸ਼ੇਅਰ ਕਰ ਦਿਓ ਤਾਂ ਕਿ ਆਪਾਂ ਜਿਹੜੀ ਗੱਲਬਾਤ ਆ ਉਹ ਆਪਣੀ ਉਹ ਇਸੇ ਤਰ੍ਹਾਂ ਜਿਹੜੀ ਆ ਉਹ ਗੱਲਬਾਤ ਆਪਾਂ ਸਾਰੇ ਵੀਰਾਂ ਦੇ ਨਾਲ ਕਰਦੇ ਰਹੀਏ, ਹੈ ਨਾ। ਸੋ ਬੇਨਤੀ ਆ ਵੀ ਜਿੱਦਾਂ ਗੁਰਦੁਆਰਿਆਂ ਦੇ ਵਿੱਚ ਕੀ ਹੁੰਦਾ, ਮੈਂ ਗੱਲ ਕਰ ਰਿਹਾ ਸੀਗਾ ਵੀ ਅਸੀਂ ਸ਼੍ਰੋਮਣੀ ਕਮੇਟੀ ਨੂੰ ਹਰ ਵੇਲੇ ਕੋਸਦੇ ਰਹਿੰਦੇ ਵੀ ਸ਼੍ਰੋਮਣੀ ਕਮੇਟੀ ਆਹ ਨਹੀਂ ਕਰਦੀ, ਸ਼੍ਰੋਮਣੀ ਕਮੇਟੀ ਉਹ ਨਹੀਂ ਕਰਦੀ, ਆਪਦੇ ਗੁਰਦੁਆਰਿਆਂ ਦੇ ਵਿੱਚ ਲੋਕਲ ਗੁਰਦੁਆਰਿਆਂ ਦੀਆਂ ਕਮੇਟੀਆਂ ਦੇ ਵਿੱਚ ਦੇਖ ਲਿਓ। ਮੈਂ ਸਵੇਰੇ ਇੱਕ ਪੋਸਟ ਪਾਈ ਸੀ ਜਿਹਦੇ ਵਿੱਚ ਮੈਂ ਕਿਹਾ ਸੀਗਾ ਵੀ ਆਮ ਗੁਰਦੁਆਰਿਆਂ ਦੇ ਵਿੱਚ ਰਹਿ ਨਹੀਂ ਰਿਹਾ ਸੋਈ ਸਿੱਖ ਮੇਰਾ, ਉਹ ਸਹਿਮ ਉਸਕਾ ਚਿਹਰਾ, ਰਹਿਤ ਬਿਨਾਂ ਨੇ ਸਿੱਖ ਕਹਾਵੇ, ਰਹਿਤ ਬਿਨਾਂ ਦਰ ਚੋਟਾਂ ਖਾਵੇ, ਰਹਿਤ ਤੋਂ ਬਿਨਾਂ ਅਸੀਂ ਸਿੱਖ ਨਹੀਂ ਹੈਗੇ, ਹੈ ਨਾ। ਅਤੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਵੀ, ਅਤੇ ਹਰ ਆਮ ਤੌਰ 'ਤੇ ਯਾਰ ਸ਼੍ਰੀ ਅਕਾਲ ਤਖਤ ਸਾਹਿਬ ਦੀ ਗੱਲ ਛੱਡੋ, ਆਮ ਤੌਰ 'ਤੇ ਆ ਵੀ ਯਾਰ ਘੱਟੋ ਘੱਟ ਗੁਰਦੁਆਰਿਆਂ ਦੇ ਵਿੱਚ ਪ੍ਰਬੰਧਕੀ ਅਦਾਰੇ ਦੇ ਅੰਦਰ ਜਿਹੜਾ ਬੰਦਾ ਵੀ ਆਉਂਦਾ ਘੱਟੋ ਘੱਟ ਉਹਦਾ ਪਰਿਵਾਰ ਜਾਂ ਉਹ ਆਪ ਤਾਂ ਅੰਮ੍ਰਿਤਧਾਰੀ ਹੋਵੇ ਨਾ। ਪਰ ਮੈਂ ਇੱਕ ਸਵੇਰੇ ਪੋਸਟ ਪਾਈ ਸੀ ਵੀ 90% ਉਹ ਨੇ ਜਿਹੜੇ ਰਹਿਤ ਤੋਂ ਭਗੌੜੇ ਬੰਦੇ ਆ ਜਿਨ੍ਹਾਂ ਨੂੰ ਸਿੱਖੀ ਬਾਰੇ ਪਤਾ ਹੀ ਕੱਖ ਨਹੀਂ, 10 ਗੁਰੂਆਂ ਦੇ ਨਾਂ ਨਹੀਂ ਉਹਨਾਂ ਨੂੰ ਲਗਾਤਾਰ ਆਉਂਦੇ ਵੀ 10 ਗੁਰੂਆਂ ਦੇ ਨਾਂ ਕੀ ਆ ਜਿਨ੍ਹਾਂ ਨੂੰ ਅਸੀਂ ਗੁਰਦੁਆਰੇ ਸੰਭਾਏ ਹੋਏ ਆ। ਉਹਨਾਂ ਨੂੰ ਜੇ 10 ਬੰਦੇ ਮੈਂਬਰ ਦੀ ਕਮੇਟੀ ਦੇ ਵਿੱਚ ਉਹਨਾਂ ਤੋਂ 5 ਪਿਆਰਿਆਂ ਦੇ ਨਾਂ ਸੁਣ ਲਓ, 5 ਪਿਆਰਿਆਂ ਦੇ ਨਾਂ ਨਹੀਂ ਪਤਾ, ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਗ ਕਿੰਨੇ ਨੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਕਿੰਨੇ ਰਾਗਾਂ 'ਚ, ਜਾਂ ਨਿਤਨੇਮ ਦੀਆਂ ਬਾਣੀਆਂ ਦੇ ਨਾਂ ਕਿਹੜੇ ਕਿਹੜੇ ਨੇ, ਠੀਕ ਹੈ ਨਾ ਜੀ, ਨਹੀਂ ਪਤਾ ਉਹਨਾਂ ਨੂੰ। ਪਰ ਉਹ ਪ੍ਰਧਾਨਗੀ ਐਂ ਕਰਨਗੇ ਜਿਵੇਂ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਲੱਗੇ ਹੁਣ, ਠੀਕ ਆ। ਆਉਣੀ ਜੀ ਕਰਿਆ ਜੀ ਮੈਂ ਗੁਰਦੁਆਰੇ ਦਾ ਮੈਂਬਰ ਹਾਂ ਜੀ, ਫਿਰ ਮੈਂਬਰ ਆ, ਤੂੰ ਐਸ ਪੀ ਲੱਗ ਗਿਆ, ਮੈਂਬਰ ਹੀ ਆ, ਕੋਈ ਵੋਟਾਂ ਪਾ ਕੇ ਤਾਂ ਨਹੀਂ ਬਣਿਆ, ਧੱਕੇ ਨਾਲ ਹੀ ਬਣਿਆ ਹੋਇਆ। ਕੱਲ੍ਹ ਮੈਂ ਜਿਹੜੀ ਇੱਕ ਗੱਲ ਕਹੀ ਸੀ ਉਹਦੇ 'ਤੇ ਕਈ ਬੰਦਿਆਂ ਨੂੰ ਇਤਰਾਜ਼ ਹੋਇਆ ਕਿ ਅੰਮ੍ਰਿਤਪਾਲ ਤੂੰ ਲਾਈਵ ਵਿੱਚ ਇਹ ਗੱਲ ਜਿਹੜੀ ਕਹੀ ਆ ਵੀ ਇਹ ਗੁਰਦੁਆਰਿਆਂ ਦਾ ਪੈਸਾ ਵਰਤਦੇ ਆ ਬਿਨਾਂ ਵਿਆਜ ਤੋਂ, ਮੈਂ ਇਸ ਗੱਲ ਦਾ ਗਵਾਹ ਹਾਂ ਜੀ, ਮੇਰੇ ਕੋਲ ਕਈ ਇਹੋ ਜਿਹੇ ਪਤਾ ਮੈਨੂੰ ਕਈਆਂ ਗੱਲਾਂ ਦਾ, ਅਤੇ ਮੈਂ ਲਾਈਵ ਵਿੱਚ ਨਹੀਂ ਕਹਿਣਾ ਚਾਹੁੰਦਾ ਵੀ ਜਿਹੜੇ ਬੰਦੇ ਗੁਰਦੁਆਰਿਆਂ ਦਾ ਪੈਸਾ ਬਿਨਾਂ ਵਿਆਜ ਤੋਂ ਵਰਤਦੇ ਆ, ਠੀਕ ਆ। ਅਤੇ ਇੱਕ ਗੱਲ ਹੋਰ ਆ, ਜਦੋਂ ਇੱਕ ਤੁਸੀਂ ਨੋਟ ਕਰ ਲਿਓ, ਜਦੋਂ ਗੁਰਦੁਆਰੇ ਮਿਸਤਰੀ ਲੱਗ ਜੂ ਨਾਲ ਦੀ ਨਾਲ ਕਮੇਟੀ ਵਾਲਿਆਂ ਦੇ ਮਿਸਤਰੀ ਲੱਗ ਜੂਗਾ, ਜਿਹੜੀ ਦੁਕਾਨ ਤੋਂ ਗੁਰਦੁਆਰੇ ਦਾ ਸਮਾਨ ਆਉਂਦਾ ਉੱਥੋਂ ਹੀ ਕਮੇਟੀ ਵਾਲਿਆਂ ਦਾ ਆਉਂਦਾ, ਕਿਉਂ ਬਈ, ਕਿਉਂ ਲੋਕਾਂ 'ਚ ਪਰਦਾ ਪਾਇਆ, ਲੋਕ ਇੰਨੇ ਆ ਉੱਲੂ ਬਣਾਇਆ ਹੋਇਆ ਲੋਕਾਂ ਨੂੰ ਵੀ ਲੋਕ ਦਾ ਕੰਮ ਲਿਆ ਤਾਂ ਗਧੇ ਨੇ, ਇਹਨਾਂ ਨੂੰ ਕੀ ਪਤਾ। ਪਰ ਇਹ ਤੁਹਾਡਾ ਭੁਲੇਖਾ ਬਹੁਤ ਵੱਡਾ ਵੀ ਸ਼ਾਇਦ ਤੁਹਾਡਾ ਪਤਾ ਨਹੀਂ ਹੈ,
ਵੀ ਜਿਹੜਾ ਕੁਛ ਤੁਸੀਂ ਕਰਦੇ ਹੋ ਵੀ ਸ਼ਾਇਦ ਪਤਾ ਨਹੀਂ। ਸ਼੍ਰੋਮਣੀ ਕਮੇਟੀ ਲੁੱਟ ਕੇ ਖਾ ਗਈ ਜੀ, ਲੁੱਟ ਕੇ ਖਾ ਗਈ ਹੈ, ਚੋਰ ਨੇ ਚੋਰ ਨੇ। ਸਾਧ ਕਿਹੜੇ ਗੁਰਦੁਆਰੇ 'ਚ ਬੈਠੇ ਸਾਨੂੰ ਦੱਸੋ, ਦੱਸੋ ਸਾਧ ਕਿਹੜੇ ਗੁਰਦੁਆਰੇ 'ਚ ਬੈਠੇ ਨੇ ਦੱਸੋ ਵੀ। ਆ ਸਾਡਾ ਪ੍ਰਧਾਨ ਤਾਂ ਬੜਾ ਸਾਧ ਬੰਦਾ ਜੀ, ਆ ਸਾਡੀ ਸਾਰੀ ਕਮੇਟੀ ਬੜੀ ਸਾਧ ਆ, ਦੂਜਿਆਂ ਨੂੰ ਕਹਿਣਾ ਬੜਾ ਸੌਖਾ ਜੀ। ਆਪਣੇ ਮੰਜੀ ਹੇਠਾਂ ਥੋੜ੍ਹਾ ਜਿਹਾ ਮਾਰਿਆ ਕਰੋ, ਕੀ ਕਹਿੰਦੇ ਹੁੰਦੇ ਉਹਨਾਂ ਨੂੰ, ਸੋਟਾ। ਅਸੀਂ ਕਿੰਨੇ ਕੁ ਚੰਗੇ ਹਾਂ, ਅਸੀਂ ਆਮ ਬੰਦੇ ਦੇ ਨਾਲ ਕੀ ਉਹਦੀਆਂ ਭਾਵਨਾ ਨਾਲ ਖਿਲਵਾੜ ਨਹੀਂ ਕਰਦੇ। ਉਹਨਾਂ ਦੇ ਬੱਚੇ ਪੜ੍ਹਦੇ ਹੁੰਦੇ ਆ, ਮਾਨਸਾ ਜ਼ਿਲ੍ਹੇ ਦੇ ਵਿੱਚ ਇੱਕ ਕੇਸ ਆਇਆ ਗ੍ਰੰਥੀ ਸਿੰਘ ਦਾ ਵਿਚਾਰ, ਉਹਦੇ ਬੱਚੇ ਪੜ੍ਹਦੇ, ਉਹਨੂੰ ਛੁੱਟੀ ਕਰਤੀ ਕੱਲ੍ਹ। ਉਹ ਕਹਿੰਦਾ ਮੈਂ ਮਿੰਨਤਾਂ ਕੀਤੀਆਂ ਬਾਈ ਅੰਮ੍ਰਿਤਪਾਲ ਵੀ ਮੇਰੀ ਛੁੱਟੀ ਨਾ ਕਰੋ ਜੀ, ਮੈਂ ਬੱਚਿਆਂ ਦੀ ਪੜ੍ਹਾਈ ਤੋਂ ਬਾਅਦ ਚਲੇ ਜਾਊਂ। ਕਹਿੰਦੇ ਨਾ ਜੀ, ਬਸ ਸਾਡਾ ਫੈਸਲਾ ਹੋ ਗਿਆ ਜੀ ਕਮੇਟੀ ਦਾ, ਤੁਸੀਂ ਚਲੇ ਜਾਓ ਬਸ ਇੱਥੋਂ। ਕੋਈ ਹੈਗਾ ਰਾਜਾ ਬਾਬੂ ਸਾਡਾ, ਕੋਈ ਕਾਲ ਤਖ਼ਤ ਦਾ ਜਥੇਦਾਰ, ਕੋਈ ਸ਼੍ਰੋਮਣੀ ਕਮੇਟੀ ਜਾਂ ਕੋਈ ਹੈਗਾ, ਕੋਈ ਜਿਹੜਾ ਬੰਦਾ ਕਹਿੰਦਾ ਹੋਵੇ ਬਿਲਕੁਲ ਜੀ। ਬਲਵੰਤ ਸਿੰਘ ਜੀ ਪ੍ਰਧਾਨ ਸਰਪੰਚ ਬਣੇ ਹੋਏ ਨੇ ਪਿੰਡ ਦੇ, ਵੀ ਸਾਡਾ ਸਿੰਘ ਪਤਾ ਨਹੀਂ ਕੀ ਚੀਜ਼ ਆ, ਗ੍ਰੰਥੀ ਨੂੰ 500 ਰੁਪਇਆ ਚਾਹੀਦਾ ਤਾਂ ਵੀ ਇਹ ਆਪਦੇ ਘਰੇ ਪੈਸੇ ਰੱਖਣਗੇ ਜੀ। ਇਹ ਬਹੁਤ ਨੇ ਗੁਰਦੁਆਰੇ ਦੇ ਖਜ਼ਾਨਚੀਆਂ ਦੇ ਘਰੇ, ਬਹੁਤ ਹੀ ਪੇਮੈਂਟ ਗੁਰਦੁਆਰੇ ਦੇ ਖਜ਼ਾਨਚੀਆਂ ਦੇ ਘਰੇ ਪਈ ਹੁੰਦੀ ਆ। ਮੈਂ ਇੱਕ ਗੱਲ ਕਹਿਣੀ ਚਾਹੁੰਦਾ, ਤੁਸੀਂ ਕਮੇਟੀਆਂ ਦੇ ਚਿੱਠੇ ਦੇਖ ਲਿਓ, ਪੁਰਾਣੇ ਬੰਦਿਆਂ ਤੋਂ ਪੁੱਛ ਲਿਓ, ਕਈ ਕਮੇਟੀਆਂ ਦੇ ਵਿੱਚ ਰੌਲੇ ਪਏ ਹੋਏ ਆ ਵੀ ਇਹ ਬੰਦਾ ਪੈਸੇ ਖਾ ਗਿਆ, ਖਜ਼ਾਨਚੀ ਸਾਡੇ ਪੈਸੇ ਖਾ ਗਿਆ ਜੀ। ਖਜ਼ਾਨਚੀ ਕਹਿੰਦਾ ਇੰਨੇ ਪੈਸੇ ਦਿੱਤੇ ਸੀਗੇ। ਇੱਕ ਵਾਰੀ ਮੈਂ ਗੁਰਦੁਆਰੇ ਬੈਠਾ ਕਿਸੇ ਗੋਲਕ ਗਿਣੀ ਜਾਈਏ ਅਤੇ ਖਜ਼ਾਨਚੀ ਨੇ ਚੱਕ ਕੇ ਪੈਸੇ 500 ਰੁਪਇਆ ਜੇਬ 'ਚ ਪਾਲਿਆ, ਬਠਿੰਡੇ ਜ਼ਿਲ੍ਹੇ ਦੀ ਗੱਲ ਆ। ਸਾਰੇ ਬੰਦੇ ਪੈਸੇ ਗਿਣੀ ਜਾਣ ਅਤੇ ਇੱਕ ਬੰਦਾ ਬੈਠਾ ਵੀ ਯਾਰ ਖਜ਼ਾਨਚੀ ਨੇ 500 ਰੁਪਇਆ ਜੇਬ 'ਚ ਪਾਇਆ ਸੀ ਅਤੇ ਬੰਦਾ ਪੈਸੇ ਦੇ ਕੇ ਨਹੀਂ ਗਿਆ, ਉਹ ਸਕੂਟਰ ਚੱਕ ਉਹਦੇ ਘਰੇ ਮਗਰ ਪਾ ਗਿਆ। ਕਹਿੰਦਾ ਖਜ਼ਾਨਚੀ ਸਾਹਿਬ ਤੁਹਾਡੀ ਜੇਬ ਦੇ ਵਿੱਚ ਸਾਡੇ ਪਿੰਡ ਭੋਤਨੇ 'ਚ ਵੀ ਬਾਬਾ ਸਿੱਧ ਭੋਈ 'ਚ ਵੀ ਬਿਨਾਂ ਵਿਆਜ ਤੋਂ ਵਰਤਿਆ ਜਾ ਰਿਹਾ। ਬਿਲਕੁਲ ਜੀ, ਬਿਲਕੁਲ ਬਿਲਕੁਲ। ਇਹ ਵੀ ਇੱਕ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਆਵਾਜ਼ ਉਠਾਉਣੀ ਪਊਗੀ, ਸਾਰਿਆਂ ਨੂੰ ਰਲ ਮਿਲ ਕੇ। ਲੈ ਦੱਸੋ ਕਿ ਗ੍ਰੰਥੀ ਖਰਚ ਬਹੁਤ ਕਰਦਾ, ਗ੍ਰੰਥੀ ਭੀਮ ਖਾਂਦਾ ਕਿ ਦਾਰੂ ਪੀਂਦਾ ਖਰਚ ਕਰਨ ਨੂੰ? ਉਹ ਜਿਹੜੀਆਂ ਜਿਹੋ ਜਿਹੀ ਰੋਟੀ ਅਗਲਾ ਪਿੰਡ 'ਚੋਂ ਦੇ ਦਿੰਦਾ ਉਹੋ ਜਿਹੀ ਖਾ ਲੈਂਦਾ ਵਿਚਾਰਾ, ਜਿਹੋ ਜਿਹੀ ਸੁੱਕੀ ਮਿੱਕੀ ਦਾਲ ਦੇ ਉਹੋ ਜਿਹੀ ਖਾ ਲੈਂਦਾ ਉਹ, ਹੈ ਨਾ। ਕਦੇ ਉਹਨੇ ਨਖਰਾ ਨਹੀਂ ਕੀਤਾ ਮੈਨੂੰ ਚੋਪੜ ਕੇ ਨਹੀਂ ਦਿੱਤੀ। ਬਹੁਤ ਬੇੜਾ ਗਰਕ ਹੋਇਆ ਹੋਇਆ ਜੀ ਸਾਡੀਆਂ ਲੋਕਲ ਗੁਰਦੁਆਰੇ ਦੀ ਕਮੇਟੀਆਂ ਦਾ ਵੀ, ਇਕੱਲਾ ਸ਼੍ਰੋਮਣੀ ਕਮੇਟੀ ਨੂੰ ਵੀ ਮਾੜਾ ਨਾ ਕਹੋ ਵੀ ਸ਼੍ਰੋਮਣੀ ਕਮੇਟੀ ਮਾੜੀ ਆ, ਸ਼੍ਰੋਮਣੀ ਕਮੇਟੀ ਮਾੜੀ ਆ। ਅੱਠੋ ਪੈਰ ਅਸੀਂ ਇੱਕੋ ਹੀ ਰੱਟ ਲਾਈ ਆ, ਸ਼੍ਰੋਮਣੀ ਕਮੇਟੀ ਖਾ ਗਏ ਜੀ, ਲੁੱਟ ਕੇ ਖਾ ਗਏ ਸ਼੍ਰੋਮਣੀ ਕਮੇਟੀ। ਸਾਡੇ ਪਿੰਡਾਂ 'ਚੋਂ ਗੋਲਕਾਂ 'ਚੋਂ 40-40, 50-50 ਹਜ਼ਾਰ ਰੁਪਇਆ, ਲੱਖ ਰੁਪਇਆ ਗੋਲ ਕੇ ਨਿਕਲਦੀ ਆ। ਕਦੇ ਪੁੱਛਿਆ ਸੀ ਵੀ ਕਿੱਥੇ ਖਰਚਾ ਹੁੰਦਾ? ਪੁੱਛੋ, ਸਾਡਾ ਹੱਕ ਆ ਯਾਰ, ਬਾਬੇ ਨਾਨਕ ਦਾ ਘਰ ਆ। ਇਹ ਗੱਲ ਇੱਕ, ਦੂਸਰੀ ਗੱਲ ਹੋਰ, ਜੇ ਪਿੰਡ ਦੇ ਵਿੱਚੋਂ ਕੋਈ ਬੰਦਾ ਆਉਣ ਲੱਗ ਜਾਏ ਗ੍ਰੰਥੀ ਕੋਲ ਨਾ, ਉਹਦੇ ਨਾਲ ਗੱਲਬਾਤ ਕਰਨ ਲੱਗ ਜੇ, ਹੋਰ ਰਾਹ ਆਉਂਦੇ ਖਾਂਦੇ ਨੂੰ ਛੇੜਨ ਲੱਗ ਜਾਏ, ਸੰਗਤ ਬੁਲਾਉਣ ਲੱਗ ਜੇ, ਗੁਰਦੁਆਰੇ ਦੀ ਕਮੇਟੀ ਨੂੰ ਫਿਕਰ ਪੈ ਜਾਂਦਾ ਵੀ ਗ੍ਰੰਥੀ ਕਿਤੇ ਪਿੰਡ 'ਚ ਪੈਰ ਨਾ ਲਾ ਜੇ, ਫਿਰ ਛੇਤੀ ਛੇਤੀ ਉਹਨੂੰ ਕਹਿਣੀ ਬੰਦਾ ਮਾੜਾ ਜੀ, ਉਹਨੂੰ ਬੁਲਾਇਆ ਨਾ ਕਰੋ ਜੀ। ਗ੍ਰੰਥੀ ਬੰਦੇ ਨੂੰ ਸਾਰੇ ਪਿੰਡ ਦੇ ਲੁੱਚੇ ਲੰਡੇ ਸਾਰੇ ਇੱਕੋ ਜਿਹੇ ਹੁੰਦੇ ਆ, ਉਹਨੂੰ ਮਾੜੇ ਬੰਦੇ ਨਾਲ ਵੀ ਰਾਬਤਾ ਰੱਖਣਾ ਪੈਂਦਾ, ਉਹਨੂੰ ਚੰਗੇ ਨਾਲ ਵੀ ਰੱਖਣਾ ਪੈਂਦਾ, ਹੈ ਨਾ। ਪਰ ਜੇ ਇੱਕ ਗੱਲ ਕਮੇਟੀ ਦੇ ਵਿੱਚ ਆਮ ਤੌਰ 'ਤੇ ਦੇਖੀ ਜਾਂਦੀ ਆ, ਜੇ ਕਮੇਟੀ ਦੇ ਪ੍ਰਧਾਨ ਦੀ ਕਿਸੇ ਨਾਲ ਨਹੀਂ ਬਣਦੀ ਤਾਂ ਉਹ ਕਹੋ ਆਪਾਂ ਵੀ ਨਹੀਂ ਇਹਦੇ ਨਾਲ, ਗ੍ਰੰਥੀ ਤੂੰ ਵੀ ਨਹੀਂ ਇਹਨੂੰ ਬੁਲਾਉਣਾ, ਹੋਰ ਤਾਂ ਹੋਰ ਆਖੂ ਉਹਦੇ ਘਰ ਪਾਠ ਨਹੀਂ ਕਰਨ ਜਾਣਾ। ਤਾਂ ਕਮੇਟੀਆਂ ਵਾਲੇ ਹੈਰਾਨ ਕਰਦੇ, ਬਿਲਕੁਲ ਬਿਲਕੁਲ ਬਿਲਕੁਲ, ਬਹੁਤ ਜ਼ਿਆਦਾ ਹੈਰਾਨ ਕਰਦੇ ਜੀ। ਐਡਾ ਬੁਰਾ ਹਾਲ ਆ ਕਿਤੇ ਗ੍ਰੰਥੀਆਂ ਸਿੰਘਾਂ ਕੋਲ ਵਿਚਾਰਿਆਂ ਕੋਲ, ਇਹਨਾਂ ਕੋਲ ਸੇਵਾਦਾਰਾਂ ਕੋਲ ਬਹਿ ਕੇ ਇਹਨਾਂ ਦੇ ਹਾਲ ਚਾਲ ਪੁੱਛਿਆ ਕਰੋ, ਕਿਵੇਂ ਰੋਂਦੇ ਨੇ ਉਹ, ਠੀਕ ਆ, ਕਿਵੇਂ ਬਿਲਕਦੇ ਨੇ ਉਹ। ਕੋਈ ਉਹਨਾਂ ਦਾ ਰਾਜਾ ਬਾਬੂ ਨੂੰ ਕੋਈ ਘਰ ਘਾਟ ਨਹੀਂ, ਕੋਈ ਸਰਕਾਰੀ ਸਕੂਲ ਤੋਂ ਉਹ ਨਹੀਂ ਲੈ ਸਕਦਾ, ਪਿੰਡ ਦੇ ਵਿੱਚ ਕਿਸੇ ਦੀ ਮਰਗ ਠਰਕ 'ਤੇ ਉਹ ਨਹੀਂ ਜਾ ਸਕਦਾ, ਕਿਸੇ ਰਿਸ਼ਤੇਦਾਰੀ 'ਚੋਂ ਨਹੀਂ ਜਾ ਸਕਦਾ। ਹਨੇਰਾ ਜਾਵੇ, ਸਵੇਰਾ ਜਾਵੇ, ਬਿਮਾਰ ਆ, ਠਮਾਰ ਆ, ਉਹ ਜਿਹੋ ਜਿਹਾ ਵੀ ਹੈ, ਉਹਨੂੰ ਉੱਠ ਕੇ ਸਵੇਰੇ 3:30-3 ਵਜੇ ਗੁਰਦੁਆਰੇ ਬੋਲਣਾ ਹੀ ਪੈਂਦਾ ਕਿ ਭਾਈ ਉੱਠੋ, ਉੱਠ ਕੇ ਅੰਮ੍ਰਿਤ ਵੇਲਾ ਹੋ ਗਿਆ, ਗੁਰਦੁਆਰੇ ਆਓ, ਹੈ ਨਾ। ਉਹਨੇ ਉੱਠਣਾ ਹੀ ਉੱਠਣਾ, ਕਦੇ ਅਸੀਂ ਨਹੀਂ ਕਿਹਾ ਗਿਆਨੀ ਜੀ ਤੁਹਾਡੀ ਸਿਹਤ ਖਰਾਬ ਆ, ਚਲੋ ਅਸੀਂ ਦਵਾਈ ਦਵਾ ਲਈਏ, ਨਾ। ਮੇਰਾ ਬਹੁਤ ਹੀ ਸਤਿਕਾਰਯੋਗ ਹੈ ਅੱਕੀ ਵੀਰ ਜੀ, ਵੀਰੇ ਸਤਿ ਸ਼੍ਰੀ ਅਕਾਲ ਭਰਾ ਜੀ, ਹੋਰ ਠੀਕ ਹੋ ਵੀਰੇ? ਧੰਨਵਾਦ ਹੈ ਮੇਰੇ ਵੀਰ ਅੱਕੀ ਵੀਰ ਦਾ, ਜਿਹੜਾ ਬਹੁਤ ਮਸਲਿਆਂ ਦੇ ਵੀ ਬੋਲਦੇ ਰਹਿੰਦੇ ਨੇ। ਵੀਰੇ ਅੱਕੀ ਵੀਰ, ਤੁਹਾਨੂੰ ਮੈਂ ਲਾਈਵ ਬੇਨਤੀ ਕਰਦਾ, ਇੱਕ ਮਸਲਾ ਸਾਡੇ ਗਰੀਬਾਂ ਦਾ ਵੀ ਠਾ ਲਓ ਯਾਰ, ਗ੍ਰੰਥੀਆਂ ਦੇ ਨਾਲ ਬਹੁਤ ਧੱਕਾ ਹੋ ਜਾਂਦਾ। ਲੋਕਲ ਗੁਰਦੁਆਰੇ ਦੀਆਂ ਕਮੇਟੀਆਂ ਜਿਹੜੀਆਂ ਨੇ ਨਾ, ਉਹ ਬਹੁਤ ਧੱਕਾ ਕਰਦੀਆਂ ਨੇ, ਜਦੋਂ ਜੀ ਕਰਦਾ ਗ੍ਰੰਥੀ ਨੂੰ ਭਜਾ ਦਿੰਦੀਆਂ ਨੇ, ਜਦੋਂ ਜੀ ਕਰਦਾ ਗ੍ਰੰਥੀ ਨੂੰ ਰੱਖ ਲੈਂਦੇ ਨੇ, ਅਤੇ ਜਦੋਂ ਜੀ ਕਰਦਾ ਉਹਨਾਂ ਨੂੰ ਤਨਖਾਹਾਂ ਘਟਾ ਆਉਂਦੇ ਆ। ਹੁਣ ਇੱਕ ਗੱਲ, ਜਲੰਧਰ ਏਰੀਆ ਦੇ ਵਿੱਚ ਨਾ 500 ਦੇ ਕਰੀਬ ਗ੍ਰੰਥੀਆਂ ਨੇ ਐਪਲੀਕੇਸ਼ਨ ਲੈ ਕੇ ਗੁਰਦੁਆਰੇ ਨੂੰ ਦਿੱਤੀ ਵੀ ਸਾਨੂੰ ਜੀ ਰਾਸ਼ਨ ਦੇ ਦਿਓ, ਸਾਡੇ ਢਿੱਡ ਬਹੁਤ ਬੁਰੇ ਆ, ਸਾਡੇ ਬੱਚੇ ਤੜਫ ਰਹੇ ਨੇ, ਪਾਠਾਂ ਦਾ ਪ੍ਰੋਗਰਾਮ ਬੰਦ ਹੋ ਗਿਆ, ਅਤੇ ਤੁਸੀਂ ਕਿਰਪਾ ਕਰੋ ਸਾਨੂੰ ਰਾਸ਼ਨ ਦੇ ਦਿਓ। ਗੁਰਦੁਆਰੇ ਵਾਲਿਆਂ ਨੇ ਜਵਾਬ ਦਿੱਤਾ, ਕਮੇਟੀ ਕਹਿੰਦੀ ਨਾ ਜੀ ਸਾਡੇ ਕੋਲ ਤਾਂ ਪੈਸਾ ਹੀ ਹੈ ਨਹੀਂ ਗਾ। ਹਾਲਾਂਕਿ ਗੁਰਦੁਆਰੇ ਦੇ ਨਾਂ, ਉਸ ਗੁਰਦੁਆਰੇ ਦਾ ਮੈਂ ਨਾਂ ਨਹੀਂ ਲੈਣਾ, ਮੇਰੇ ਕੋਲ ਅੱਜ ਹੀ ਸਵੇਰੇ ਹੀ ਫੋਨ ਆਇਆ ਜਲੰਧਰ ਤੋਂ ਵੀਰ ਦਾ, ਉਹ ਕਹਿੰਦਾ ਸਾਡੇ ਗੁਰਦੁਆਰੇ ਦੀ 8.5 ਲੱਖ ਦੀ FD 1 ਪਈ ਆ, 4.5 ਲੱਖ ਦੀ FD 1 ਪਈ ਆ, ਅਤੇ FD-ਆਂ ਪਈਆਂ ਨੇ ਸਾਡੇ ਗੁਰਦੁਆਰੇ ਦੀਆਂ, ਜ਼ਮੀਨ ਆ, 5 ਮੋਟਰਾਂ ਲੱਗੀਆਂ ਨੇ ਗੁਰਦੁਆਰਿਆਂ ਦੀਆਂ, ਅਤੇ ਸਾਰੇ ਗ੍ਰੰਥੀਆਂ ਨੇ ਉਹਦੇ ਰਲ ਕੇ ਉੱਥੇ ਐਪਲੀਕੇਸ਼ਨ ਦਿੱਤੀ ਵੀ ਸਾਨੂੰ ਜੀ ਇੱਦਾਂ ਕਰਕੇ ਰਾਸ਼ਨ ਦੇ ਦਿਓ। ਕਹਿੰਦੇ ਉਹਨਾਂ ਨੇ ਕਿਸੇ ਨੇ ਰਾਸ਼ਨ
एक बंदे ने कहिंदे मजबूर हो गए बेचारे ने वीडियो पाती, फिर मंजी साहब गुरुद्वारा साहब हैड ग्रंथी ने श्री दरबार साहब उत्थों दे सिंघ ने 25 सिंघां नूं राशन दिता ते फिर वह वंडिया गया। तो फिर उन्हां गुरुद्वारे वाले ने वह बंदे का बाईकाट करता, कहिंदे इहने जी साढ़े खिलाफ़ वीडियो पाई आ भी कमेटी वाले सानूं राशन नहीं दिंदे। परचा कराउण तक वह बंदे दे गए, वह बंदे दे सो अक्की वीर कहिंदा पिछले दिनां च असीं बोले आ, बहुत धन्नवाद अक्की वीर जिहड़े श्रोमणी कमेटी नूं यार हर वेले कोसदे रहिंदे, श्रोमणी कमेटी आई नहीं करदी, चो करदी आ, चोरी ने चोर ने इहने साडे गुरद्वारिआं दे विच लोकल तों उद्दू वी वड्डे चोर बैठे ने यार, गुरद्वारे च सिलेंडर भी लै जांदे ने घरे, खंड भी आपदे, जे गुरद्वारे 20 किलो खंड आउंदी तां 50 किलो लिखी हुंदी आ बिलां च, 50 किलो खंड आई है ते वरत जांदे आप। मैं एक वारी गुरद्वारे दे विच सीगा ते मैनूं कहिंदे वी, हालांकि मैनूं कमेटी वल्लों सीगा लिख के दित्ता होइआ वी असीं जी 5 किलो खंड देनी आ महीने दी, भावें लग भावें 10 जाए भावें 20 लग जाए पर तैनूं असीं 5 किलो ही देनी आ। चलो जी की होया, 5 किलो दित्ती ते मैनूं कहिंदे वी तूं जदों बिल बनन लगे कहिंदे वी तूं अमृतपाल सिंह जोधपुरी ऐं कर वी तूं सैन कर दे, मैं कहा वी खंड तां 12 किलो लिखी हुई आ, कहिंदे कोई नहीं आपां अगली हिसाब च कर लाँगे तूं कहिंदा आपां खंड पूरी करनी आ, इस बार लंगर च वध लग गई ते तेरे कहिंदे असीं एडवांस लिख दिंदे आ, करना तां आपां ही आ। बाकी सब नूं सोचना चाहीदा बच्चे सब दे, बिल्कुल आ जी बिल्कुल आ, हरेक पिंड का यही हाल आ। अमरीक सिंह बालियां कहिंदा हरेक पिंड का यही हाल, तो फिर असीं कौन होंदे यार, सानू की अधिकार असीं श्रोमणी कमेटी नूं दिंदीए, हैं आपदे पिंडां दा साडे गंद पिया होया, आपदे पिंडां दा असीं कदे देखिया नहीं गा भी साडे पिंडां दे विच की होई जांदा, साडे पिंड दे गुरद्वारे नाल ग्रंथी नाल की हुंदा, साडे पिंड दे गुरद्वारे दे डाली वाले नाल की हुंदा, इहनां दे भी परिवार ने, इहनां दे नाल की कुछ हुंदा, ते असीं निंदड़ श्रोमणी कमेटी नूं बह जांदे, शर्म नहीं आउंदी सानू, पुछण वाला नहीं हैगा सानू ना कोई सवाल करन वाला। मेरे अर्गे नूं गरीब नूं यह हुंदा वी यार साडे यार आपां की लैणा, आपां नूं 4 पैसे आई जांदे इत्थों दी गांह सही होर की आ, हुण नहीं बई अगले कहाउंदे कहुंदे, ठीक है ना, हुण तां मूँह तोड़वां जवाब देवांगे ते हर हालत 'च देवांगे। तो पूरे पंजाब जिथे जिथे मेरे वीर गुरु ग्रंथ साहिब महाराज जी नूं मनदे आ, मनदे तो सारे ही हो, इहदे 'च कोई दो रामा नहीं, पर जिहड़े ग्रंथियां दा दर्द समझदे आ, मैं सारे वीरां नूं हत्थ जोड़ के बेनती करदा, सारे वीरां नूं हत्थ जोड़ के बेनती करदा भरा बन के यार उन्हां ग्रंथियां दे हक 'च भी बोलो, सोशल मीडिया से कनेरी लियाओ, सोशल मीडिया से दसो लोगों भी हाँ ग्रंथियों के नाल धक्का करते, ग्रंथियों के नाल धक्का करते तो थोड़ा नहीं बहुत ज़्यादा करते हैं, बहुत ज़्यादा करते, तो कोई मगर मूहरे नहीं है भी कोई बोल पे कोई मगर आ जाए ना यार, कोई वह नहीं है, है ना, जे मन के गल होर देखो, जे ग्रंथी बेचारा मोटरसाइकिल ले लेना नवा अखा पड़ पड़ देखे ये नवे कपड़े पाई फिर यह पग किमें बनी फिर अटैनक लाई फिर अज तक गड्डी बड़ी ले ली है ना, कमाल की गल है, ले दसो यार बंदा सौंदा नहीं, नींदा नहीं पूरी होंदियां ग्रंथी दियां, मन लो तड़के 2:30 बजे बंदा उठ खड़े, 3 बजे चलो 3:30 बजे बोलिया, गर्मियों का टाइम आ, 3:30 पौने 4 बजे बंदा बोलता, ठीक है, बंदा बोल पिया सारा दिन का कोई पता नहीं, कोई टाइम साडा सौण का टाइम नहीं जी, साडा कोई खाण का टाइम नहीं, यूँ नहीं पता कदों कोई बंदा आ के ये कह दे कि जी उठो अरदास करो जी, आ पाठ लिखो जी, साडे जी फलानी चढ़ाई कर गया, साडे सुखमणी पढ़ के आओ, साडे पाठ करो यार, वह भी बंदा वह भी इंसान है, उन्हें भी आराम करना, पर नहीं असी तो लोगों को निंदना है, असी तो माड़ा कहना, असी तो श्रोमणी कमेटी को माड़ा कहना, बस साडे तो जथेदार माड़ा, साडे तो श्रोमणी कमेटी माड़ी है, घट्टो घट श्रोमणी कमेटी एक गल तो हैगी है ना भी वह बंदे बदल ही कर देंगे यार, गाह भेज देंगे बंदा, जे ग्रंथी कोई दिक्कत आँदी उन्होंने गाह भेज देंगे, बदो बद उसकी पोस्ट बदल देंगे, तनखा तो मिली जाऊ, गुरुद्वारे नहीं कढ़ता छेती है ना कोई, पर असी सानू शर्म ही नहीं, असी तक शहर चुका देने चलो गाह आपका काम कर, साढ़े कोल होर ग्रंथी बथेरे हैं, इत्थे गुरुद्वारे च हरेक बंदा प्रधान बनना चाहता, पहला ग्रंथी बनना चाहिए प्रधान नूं, बिल्कुल बिल्कुल सरपंच साहब मैं तुहाडी गल नाल बिल्कुल 100% सहमत हाँ, मेरे बहुत ही सत्कारयोग अजमेर सिंह जी महलकना जहेदार जी जुड़े आ, गुरु घर दे हाँ बिल्कुल मंगते बनाते जी, बिल्कुल मंगते बनाते, बच्चे चंगे स्कूल च पढ़ा नहीं सकता ग्रंथी, ठीक है, चंगे स्कूल च पढ़ा नहीं सकता, पोतनिया तो मसला आया भी गुरुद्वारे दे ग्रंथी नूं 7,000 रुपया पहला वाग, गुरुद्वारा साहब बसे तो ग्रंथी दे मसां 7,000 रुपए देंदे हन, वह भी पहला वाग कट के देख लो। सो मक्खण सिंह जी धनौला वीरे सत श्री अकाल, बहुत धन्नवाद आ जिहड़े वीर जुड़े आ, जिहड़े वीर जुड़े आ जिहड़े हक च बोल रहे आ, वीरे वीडियो नूं शेयर कर दिओ यार, ये मुद्दा अपना पता लगना चाहीदा भी ग्रंथी भी तड़फ रहे उहनां नाल की हो रहा, जदों जी करदा छुट्टी कर देंदे यार, कमाल आ गई हैं,
एक पासे गुरुद्वारे मिस्त्री लग जाता, एक पासे गुरुद्वारे दे कमेटी वाले घर मिस्त्री लग जाता है। बॉबी ब्राडवीर कहता जूनियन बनाने चाहिए भीरे, लोड़ ही नहीं जूनियन की यार, कमाल आ सोडर के भरा नाला जूनियन ही आ, पर नेरी लिया दो सोशल मीडिया का जो नेरी ठाती फिर आपे लोगों अकल आ जूगी, आप ही करनों हटनगे। तो एक गल, मैं सवेरे एक किसी वकील वीर का मैनू फोन आया, एक वकील वीर का मैनू फोन आया अमृतसर तो, वो वकील कहना कहना भीर जी जे कोई यहोजा मसला आता बिना वजह बिना कसूर तो ग्रंथी को जे गुरुद्वारे चु कोई छुट्टी करता तो मैनू दसो, मैं कोर्ट हाई कोर्ट च केस लड़ूँ, वो मैं वो हाई कोर्ट च केस लड़ूँ। कहना मैं केस लड़ूँ मुफ्त, मैनू दसो भी गुरुद्वारे तो बिना वजह बिना गल तो जो किसी ग्रंथी उतों छुट्टी कर दे। गल मैं सारे ग्रंथियों वीर भी कहना चाहना कि भरा बन के संगत को भी मैं एक हाथ जोड़ के बेनती करदा, जिहड़े वीर मेरे नाल सोशल मीडिया जुड़े सारे सूझवान बंदे है ना, सारे भरावों को बेनती है वीरे बन के यार इन्हों के हक च भी गरीबों के बोल पिया करो कोई है ना। ऊँ तो असीं बथेरियां नेरियां लिया, आह गल च भी नेरी लिया के दिखा दो, पता लग जाए पूरे संसार जिहड़े प्रधान बने हुए ने आपू बने प्रधान ने, कोई वोटां नहीं पैंदियां, जिहड़े बंदे कोल चार छिल्लड़ वध आ जिहदे कोल गड्डी वड्डी आ जिहदी कोठी वड्डी आ उह प्रधान बन जांदा, ठीक है ना। उन्हूं बोलण दा पता, ना उन्हूं पहनण दा पता, ना उन्हूं गुरुद्वारे च किसी मर्यादा दा पता भी मर्यादा की आ, की ग्रंथी का सरकार आ, गुरु ग्रंथ साहिब मर्द स्वरूप किन्ने होने चाहिए आ, किमें चादर लगदियाँ, किमें देग बनती, उन्हूं देग तक नहीं बनाउणी आउंदी, होर तो छड्डो यार गल्लां, उन्हूं अनाउंसमेंट नहीं करनी आउंदी जिहड़ा गुरुद्वारे का प्रधान बणिया हुंदा। सा 90% साडी त्रासदी आ इह। ते होर गल सुण लो, आथणे जिहड़े लाहण पी के बिस्तरे गिले करदे गुरुद्वारे तड़के आ के उह प्रधानगियां घोटदे आ, प्रधानगियां घोटदे आ। अज मैं सवेरे एक पोस्ट पाई सी, ट्रेलर मैं देखिया सी, मैं कहा देखिए भी लोगों की आवाज़ की आ, तो सही गल आ इह। 90% गुरुद्वारों के बच्च कमेटियां पाँच चार बंदे अगे लगे हुए आ, उ अदल बदल के बदली जाते, कोई प्रधान बन जाता खजानची बन जाता, कोई सैकटरी बन जाता, कोई कुछ बन जाता, आपस में ही बदली जाते बंदे हैं, आपदा ही गुरुद्वारा बनाई बैठे, आपकी जगीर जिमें आपकी कहते कल्याण कोई जगीर होंगी, लो जी मैं गुरुद्वार का प्रधान हाँ, भी थानेदार लग गया तू गुरुद्वारे का प्रधान है, हैं भी तू थानेदार लग गया, ए कर दिया भी गुरुद्वारे का मैं प्रधान हाँ जी, मेरी चलू इतने जिम्मे मैं कहूँगा उमें कहूँगा। हूँ फिर पता की कहेंगे जो गुरुद्वारे की संगत आ के गल कह दे, हूँ तुम दसोंगे सानू गुरुद्वारे की सेवा किमें होंगी है, जो तेन चाजी नहीं फिर संगत ही दसू तेन भी आए नहीं आए कम चला। संगत ने अपने तौर पर तो राशन पानी वंडते कट्ठे करके गुरुद्वारे का सहारा लैके, पर कितने माँ के पोते नहीं कितने नेत्र के आए सामने भी हाँ असं गुरुद्वारे कनियो 50 लाख का राशन देता, पैसे दे जाओ जिन्ने मर्जी पाई जाओ गोलक कोई परवाह नहीं सानू, जे गोल घट गए घट जाए ना फिर ग्रंथी को बाबा जी गोलक घट गई जी इस बार पता नहीं की हो गया भी ग्रंथी जेब चो पा दे, गोल घट गई हूँ घरों लिया दे, कड़ा ठेका लेंदा है भी ठेका सू गुरुद्वारे की गोलक च पा दे, इन्हों तो गोलक चाहिए आ, लंगर च रस्तें बचनिया चाहिए, आटा बचना चाहिए, वो सुकिया रोटियां लोगों दिया डाली वाली जड़िया आदियां ना बच जाने ने भी बेच के माँ के पुत पैसे लै लेंगे ने, आए नहीं है भी वो रोटियां जड़िया बच गई चक के चल असी किसी गुरुद्वारा उत्ते गऊशाला छड़े आईए, ना 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 गऊशाला च नहीं, वह भी बेच के पैसे लेने उन्होंने, किन्ने दियाँ होनगियां जो 10 किलो हो गई 5 रुपये के हिसाब से ला लो किन्ने हुई 500 दियाँ हुई, वह भी 500 रुपया नहीं छड़ते, वह भी 500 रुपया नहीं छड़ते, आखणगे सुकिया रोटियां बेचिया सी जी, सुकिया रोटियां भी बेच देंगे गुरुद्वारे जब दसो। हूँ एक गल आ, पिंड के 20 किलो मन के चलो कॉस्ट आज 20 किलो दुध पिंड के आ गया, लगता बदों बद जोर लागे 5 किलो दुध लग गया, 15 किलो दुध बच गया, संगत तो हम लॉकडाउन करके आँदी नहीं, 15 किलो दुध का फिर घ्यो बनता, तो वह घ्यो का हिसाब कितने आ, किन्ने पाठ होंगे पिंडा च सियालों देखो 3 महीने सानू आप खुद को बेल नहीं होंगी, इन्ना पैसा चढ़ता लगता कितने आ, कहते नहीं कित नहीं लगता, पर इन्हों के ट्रक जरूर चल पेंदे आ, इन दड्डिया जरूर चल पेंदियां ने, इन के मुंडे बहर बहुत बहुत चले जाते है ना, तो शर्म आनी चाहिए सानू हर वेले श्रोमणी कमेटी को कोस नाले आपदे पिंडा दे विच गुरुद्वारे दी कमेटियां वाल भी ध्यान मार लो भी वह किवें गुरुद्वारे नू लुट लुट के खा रहे आ, किवें गुरुद्वारे दे बेचारे दे सेवादारां नाल गरीबां नाल धक्का करदे आ, तो सानू इन्हां गल्लां वल गौर करन दी लोड़ आ। मैं सारे वीरां नू जिन्ने मेरे नाल 40-50 बंदे जुड़े आ सारे नू बेनती आ भरा बन के एक एक शेयर जरूर मार दिओ है ना, तां कि जिहड़ी इह गल्लबात है संगत तक पहुँच जे भी हाँ यार ये भी एक मुद्दा है, साढ़े कोल बहुत मुद्दे आ, बाबे नानक मोदी खाना बिंदू बाई ने जिहड़ा चलाया जिंदू ने उहदे बारे असीं बहुत कुछ बोले आ, हाँ आ भी नानक दे घर दा एक आ असली घर जिहड़ा मोदी खाना बाबे नानक दा है ना, इत्थे सेवा करन वाले 24-24 घंटे बेचारे ड्यूटियां देण वाले गरीबां वल भी ध्यान मार लो, हाथ जोड़ के बेनती आ, ते वीडियो नूं शेयर जरूर करो। सेवक धर्म सोत वीर जी राइट, धन्नवाद। वीरे अजीत सिंह जी जुड़े आ
उन्हों का ही बहुत धन्यवाद सरपंच साहब, मैनू सरपंच नहीं समझते क्योंकि मैं गरीब घर जन्म लेता, गुरु घर की कमेटी नाल लेके चले सरपंचों प्रधानों बिल्कुल है जी बिल्कुल 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 है ना। सो ये गुरुद्वारे दी पिंडां दे विच पंचायतों ये चीज़ां आम तौर पर देखनिया चाहिए भी जिहड़ा गुरुद्वारे दी कमेटियां बिना वजह बिना कसूर तो गुरुद्वारे दे ग्रंथियों गरीबों नू बेचारे नू बच्चे पढ़ते होंगे अगलों के तो कशहरा च गाँव भी चल बाबा तू हूँ गाहां चल आपदे पिंड जा ठीक है ना। तो उन्हां वल साडियां पंचायतों भी माणयोग मैं जिहड़ियां पंचायतां उन्हां नूं भी हाथ जोड़ के बेनती करदा जी भरा बन के कृपा करके क्लब यूथ विंग जिन्हें भी बने आ पिंडां विच है ना भरा बन के उन्हां वल गौर करो यार, वह भी यार किसी के बेचारे वह भी इंसान ने उन्हां दे भी बच्चे आ है ना। तो यह हाथ जोड़ के बेनती आ जरूर इस गल वल गौर करो तो वीडियो शेयर कर दिओ, मैं जिन्नी गल कहनी चाहुंदा सीगा वह शायद गल उत्थे तक पहुँच जाए। काला मान वीर सही गल आ बाबा जी धन्यवाद वीरे, तूरदीप मेरा बड़ा भाई लखे वाला बलवंत सरपंच साहब धन्यवाद वीर जी बहुत बहुत धन्यवाद, जिन्हें वीर जुड़े आ सारे वीर का धन्यवाद आ भरा बन के वीडियो में जरूर शेयर कर दो है ना, तो कि गलबात आ जी सारे वीर तक पहुँच जाए। तो जिन्हें ग्रंथी रागी ढाडी आ वह भीर जरूर इस गल में शेयर कर है ना, तो जाके कि ना कि गल आ जी कोई अपनी पहुँचूगी। धन्यवाद आ जे कोई गर्म ठंडा तत्ता बोलिया गया तो बर्दाश्त कर लियो, गल्लां तां सच्चियां ने किसी को कौड़ियां भी लगनगियां लगी जाए आप कि किसी तो बड़े मिल लेने वाहगुरू जी का खालसा वाहगुरू जी की फतह। गुरु प्यारे अंत तक एक ही गल कहना चाहेंगे जेकर असी कौम की चढ़ती कला वास्ते कार्य करते हैं जेकर असी कौम की वाकई ही दिलों चढ़ती कला चाहते हैं तो साड़ियां सरमोर जथेबंदियां साढ़े प्रधानां साढ़े जथेदारां का फर्ज बनता है कि किसी भी सियासी धिर का हाथ ठोका बन के वह ना चलन। जिन्ना बजट श्रोमणी गुरुद्वारा प्रबंधक कमेटी का है उस दे विच सिख कौम तक ही पूरे पंजाब के भुखे प्यासियां का ढिड भरिया जा सकता है, हर किसी के घर में राशन मुहैया करवाया जा सकता है, हर बीमार नूं इलाज मुहैया करके दिता जा सकता है क्योंकि गुरु रामदास का जो घर है वह कदे भी खाली नहीं हो सकता, वह कल भी भरिया सी अज भी भरिया है तो कल भी भरिया ही रहेगा। इस घर दियां गोलकां दे विचों जिन्ना पैसा गरीबों उत्ते लाया जाएगा यह गोलकां दिन दुगणियां ते रात चौगणियां होर प्रबल होणगियां होर भरनगियां, पर कितना कितने साढ़े अपने अहुदेदारां दी ही नीयत च खोट है या वह सियासी धिरां दे अधीन इन्ना कि अपने आप नूं मजबूर कर चुके ने कि कौम दे हितां विच फैसले लैण तों पहलां उहनां नूं 20 वार सोचना पैंदा है। तो ये सब इस मसले ते की सोचते हैं अपने विचार नीचे कमेंट्स दे विच जरूर देना, वीडियो चंगी लगी होवे लाइक ते शेयर भी जरूर करना। वाहिगुरु जी का खालसा वाहिगुरु जी की फतेह। सिख धर्म की हर गतिविधि अते गुरबाणी वास्ते हुणे सबसक्राइब करो गुरबाणी अखंड बाणी, नोटिफिकेशन्स वास्ते बैल नूं रिंग करो।